ਵੀ ਤੇਰਾ ਚੌਥਾ ਟੱਕਣ ਹੈ। ਉਹ ਸਾਈ ਸਾਰੀ ਰਾਤ ਵੀ ਪੀਂਦਾ ਰਹਾਂਗਾ ਤੇ ਸਵੇਰੇ ਇੱਕ ਗਲਾਸ ਹੀ ਬਣਨਾ। ਪੁੱਤਰੇ ਐਡੇ ਵੀ ਨਸ਼ੇ 'ਚ ਨਹੀਂ ਕਿਤੇ ਨੂੰ ਪੈ ਜਾਈਏ ਤੇ ਆਪ ਪੀਏ ਹੀ ਨਾ। ਹਾਏ ਸਾਈ, ਵੈਸੇ ਸ਼ਰਾਬ ਹੈ ਬੜੀ ਚੰਗੀ ਚੀਜ਼, ਗਮ ਭੁਲਾ ਦਿੰਦੀ ਏ ਬੰਦੇ ਨੂੰ ਪੁੱਤਰ ਓਏ। ਲਾਣਤ ਭੇਜੋ ਇਹੋ ਜਿਹੇ ਨਸ਼ੇ ਦੇ, ਜੇ ਨਾ ਮਾਂ ਦੀ ਪਛਾਣ ਨਾ ਭੈਣ ਦੀ ਪਛਾਣ ਤੇ ਨਾ ਪੀ। ਨਹੀਂ ਪੀਆਂਗਾ, ਇਹਨੂੰ ਸੁੱਟ ਦਿਓ, ਇਹਨੂੰ ਸੁੱਟ ਦਿਓ। ਕਿੱਥੇ? ਇਹਨੂੰ ਇੱਥੇ ਸੁੱਟ ਦਿਓ ਤੇਰੇ ਸਦਕੇ। ਇਹ ਨਹੀਂ ਪੁੱਛਿਆ ਉਸਤਾਦ ਜੀ ਕਿਉਂ ਸ਼ਰਾਬ ਪੀ ਰਹੇ ਹੋ। ਸਹੀ, ਵੈਸੇ ਆਪਸ ਦੀ ਗੱਲ, ਇਹ ਮੁਲਕ ਸਾਡਾ ਹੈ ਬੜਾ ਚੰਗਾ। ਕਿਆ ਬਾਤ ਹੈ, ਜਿਹਦੇ ਕੋਲ ਪੈਸਾ ਹੈਗਾ ਉਹ ਜੋ ਮਰਜ਼ੀ ਕਰੇ, ਤੇ ਜਿਹਦੇ ਕੋਲ ਨਹੀਂ ਹੈਗਾ ਉਹ ਬਾਦੂਆਵਾਂ ਦਿੰਦਾ, ਉਹ ਆਖਰੀ ਲਾਈਨ 'ਚ ਬੈਠੇ। ਉਸਾਈ ਵੈਸੇ ਕੀ ਸਾਡਾ ਮੁਲਕ ਹੈ ਕਿ ਘਰ ਦੇ ਵਿੱਚ ਬੱਚੇ ਨਾਲ ਪੰਜਾਬੀ ਬੋਲੀ ਜਾਂਦੀ, ਹਾਏ ਸਕੂਲੇ ਜਾਂਦਾ ਤੇ ਮਿਸ ਉਰਦੂ ਬੋਲਦੀ ਹੈ, ਕਿਤਾਬਾਂ ਉਹਦੀਆਂ ਇੰਗਲਿਸ਼ ਨੇ, ਤੇ ਜਦੋਂ ਉਹਨੇ ਮਰਨਾ ਹਿਸਾਬ ਅਰਬੀ 'ਚ ਦੇਣਾ। ਗੱਲ ਤੇ ਬੜੀ ਸੁੱਚਣ ਕੀਤੀ ਹੈ ਪੁੱਤਰ ਤੋਂ, ਇਸ ਖੁਸ਼ੀ 'ਚ ਪਾਓ ਫਿਰ। ਬਲਾ ਕਿਉਂ ਪੀ ਰਿਹਾ ਮੈਂ? ਰਾਈ ਕਿਉਂ ਪੀ ਰਹੇ ਹੋ ਸ਼ਰਾਬ, ਕਿਉਂ ਪੀ ਰਹੇ ਹੋ? ਜਿਸ ਕੁੜੀ ਨਾਲ ਮੇਰਾ ਵਿਆਹ ਸੀ, ਹਾਂਜੀ, ਉਹ ਘਰੋਂ ਦੌੜ ਗਈ ਹੈ, ਉਹਦੇ ਗਮ ਵਿੱਚ ਪੀ ਰਿਹਾ। ਹੈਪੀ ਬਰਥਡੇ ਟੂ ਯੂ। ਤੈਨੂੰ ਬੜਾ ਦੁੱਖ ਹੋਇਆ ਮੇਰੀ ਇਸ ਗੱਲ ਦਾ? ਹਾਂਜੀ ਉਸਾਈ, ਵੈਸੇ ਆਪਸ ਦੀ ਗੱਲ, ਉਸਾਈ ਕਿ ਉਹ ਨਸੀ ਗਏ ਹੋ, ਤੁਸੀਂ ਤਾਂ ਆਪ ਡਾਕਟਰ ਹੋ, ਨਸ ਇਹਨੂੰ ਕਿਵੇਂ ਪਤਾ ਲੱਗਾ ਕਿ ਸਾਨੂੰ ਹੁਣ ਇਹਦੀ ਲੋੜ ਹੈ? ਉਸਾਈ ਇੰਨੀ ਨਾ ਪੀਓ, ਸ਼ਗਿਰਦ ਦਾ ਵੀ ਹੱਕ ਹੁੰਦਾ। ਇਹ ਕੌਣ ਹੈ ਉਸਤਾਦ ਜੀ? ਇਹ ਮੇਰੇ ਖਿਆਲ ਮਾਲਕ ਮਕਾਨ ਦੀ ਛੋਟੀ ਧੀ ਹੈ। ਕੋਈ ਗੱਲ ਨਹੀਂ, ਸਾਨੂੰ ਪਤਾ ਕਿ ਲੀਵਰ ਨਾਲ ਕੀ ਹੁੰਦਾ। ਉਹ ਪੜ੍ਹੇ ਲਿਖੇ ਹੋ? ਹਾਂਜੀ। ਕਿੰਨਾ? 1122। ਲੈ 1122, ਇਹ ਕੀ ਹੁੰਦਾ? ਅੰਨੀ ਦਿਆ 11ਵੀਂ 12ਵੀਂ। ਲੱਗ ਗਈ ਸਮਝ? ਅਜੀ ਆ ਲੱਗ ਗਈ। ਪੁੱਤਰ ਮੁਬਾਰਕ ਹੋਵੇ ਤੇਰਾ ਹੋ ਗਿਆ ਵਿਆਹ, ਅਜੀ ਤੇ ਸਾਨੂੰ ਵੀ ਮੁਬਾਰਕ ਦੇ, ਸਾਡੇ ਵਾਲੀ ਦੌੜ ਗਈ ਏ ਤੇਰੀ ਜਾਦੀ ਹੋ ਵੀ। ਅਜੀ ਭਾਈ ਭਾਬੀ ਨੇ ਬੁਲਾ ਮਲਾ ਤੇ ਇਹ ਬੁਲਾਣਾ ਕੋ ਸਲਾਮੀ ਸਦੂਰੀ ਜਾਈ ਬੁਲਾ ਫਿਰ ਮੁੱਕ ਜਾਣੀ ਵਿਆਹ ਹੋ ਗਿਆ ਸਾਡੇ ਉਸਤਾਦ ਦੀ ਬੁੱਢੀ ਦੌੜ ਗਈ। ਕੋਈ ਗੱਲ ਨਹੀਂ ਅੰਦਰ ਆਓ, ਬੇਗਮ ਅੰਦਰ ਆਓ। ਉਹ ਤੇ ਉਧਰ ਉਧਰ ਲਾ ਅੰਦਰ ਨਾ ਸਮਝਦੀ ਹੋਵੇ। ਬੇਗਮ ਕੋਣ ਆਏ? ਲਗੜ ਤੇ ਪਗੜ ਜਲਦੀ ਆ ਬੇਗਮ, ਉਹ ਵੀ ਆਏ ਨੇ। ਵਾਹ ਜੀ ਵਾਹ, ਜ਼ਰਾ ਸੰਸੀਅਰ ਨਹੀਂ ਲੱਗੀ ਕੰਮ ਨਾਲ ਮੈਨੂੰ ਵੀਡੀਓ ਵਾਲੇ ਦਿਨ, ਮਾਸ਼ਾਅੱਲਾ। ਅਸਲਾਮ ਅਲੈਕੁਮ ਭਾਬੀ। ਵਾਲੇਕੁਮ ਸਲਾਮ। ਅਸਲਾਮ ਅਲੈਕੁਮ ਭਾਬੀ। ਵਾਲੇਕੁਮ ਸਲਾਮ। ਅਸਲਾਮ ਅਲੈਕੁਮ। ਨਵਾਂ ਨਵਾਂ ਮੁਸਲਮਾਨ ਹੋਇਆ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਭਾਬੀ ਜੀ ਪਹਿਲੀ ਵਾਰੀ ਮਿਲੇ, ਸਲਾਮੀ ਕੀ ਲੈਂਦੇ ਹੋ ਦੱਸੋ? ਸਿਰਫ 5 ਲੱਖ। ਇਹ ਤਾਂ ਫਿਰ ਨਾ ਲੈਣ ਵਾਲੀ ਗੱਲ ਹੋਈ ਨਾ ਭਾਬੀ ਜੀ, ਉਹ ਰੇਟ ਰੱਖੋ ਜੋ ਇਕਬਾਲ ਟਾਊਨ ਚੱਲ ਰਿਹਾ ਹੈ। ਬਿਲਕੁਲ ਧੂੜਾ ਨਾ ਪੁੱਟੋ ਸਾਡੀਆਂ ਭਾਬੀ ਜੀ, 5 ਲੱਖ ਬਹੁਤ ਜ਼ਿਆਦਾ ਹੈ। 5 ਲੱਖ ਰੁਪਈਆ? ਹਾਂਜੀ। ਉਹ 5 ਲੱਖ ਇਹਦੇ ਕੋਲ ਹੁੰਦਾ ਤੇ ਆਪਣੀ ਬੇਬੇ ਨੂੰ ਨਵੇਂ ਦੰਦ ਨਾਲ ਲਵਾਉਂਦਾ ਉਹ। ਜੀ ਜਨਾਬ, ਉਹ ਘਰ ਬੈਠੀ ਲੱਸੀ 'ਚ ਕੇਲੇ ਭਿਉਂ ਭਿਉਂ ਖਾਈ ਜਾਣ ਡਈ, ਅੱਧੇ ਘੇੜੇ ਬਾਅਦ ਕੇਲਾ ਫਿਰ ਉਂਝੀ ਹੁੰਦਾ। ਉਸਾਈ ਜਾਦੂ, ਉਸਾਈ ਜਾਦੂ ਨਹੀਂ ਚਿਹਰਾ, ਅਕਲਮੰਦੀ ਚਿਹਰਾ। ਸਾਹਿਬ ਜੀ ਵੈਲਕਮ ਸਲਾਮ। ਉਹ ਤੁਹਾਡਾ ਜੇਠ ਹੈ, ਮੈਂ ਤੁਹਾਡਾ ਦਿਓਰ ਹਾਂ। ਜਿਵੇਂ ਸਾਲ 'ਚ ਜੇਠ ਦਾ ਮਹੀਨਾ ਹੁੰਦਾ ਨਾ, ਦਿਓਰ ਦੇ ਵੀ 15 ਕੁ ਦਿਨ ਹੁੰਦੇ ਜੇ। ਭਾਬੀ ਜੀ ਇੰਨੀ ਜ਼ਿੱਦ ਨਾ ਕਰੋ, ਮੂੰਹ ਨਹੀਂ ਵਾਰੀ, ਐਡੀ ਨੇਕ ਤਾਂ ਨਹੀਂ ਹੈਗੀ। ਉਹ ਮੂੰਹ ਨਹੀਂ ਵਾਰੀ ਇਹਦੀ, ਇਹ ਜੁਰਤ ਇਹ ਥੋੜ੍ਹੀ ਜਿਹੀ ਪਾਓ ਤਰਾ। ਤੂੰ ਪੀਤੀ ਜਾ ਬੇਟਾ, ਕੀ ਵਿਖਾਓ ਜੀ? ਢੱਕਣ ਪੀਤੇ ਨੇ, ਵਿਖਾ ਦੇ। 1 2 3 ਤੂੰ 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 ਤੇਰੀ ਅੰਮੀ ਏ ਅੰਨੀ ਦੇ। ਪਹਿਲੇ ਮਿਹਨਤ ਪੁੱਛ ਉਸਤਾਦ ਜੀ ਕੌਣ ਹੈਗੀ? ਸਾਈ ਢੱਕਣ ਪੀਤੇ ਨੇ। ਤੂੰ ਜ਼ਾਲਮੇ ਤੂੰ ਕੀ ਕਰ ਰਿਹਾ ਜੀ? ਟੈਨਸ਼ਨ ਨਾ ਲੈ, ਇਹ ਮੈਂ ਆ। ਇਹ ਬਗੈਰ ਉਸਤਾਦ ਨੂੰ ਸਰਪ੍ਰਾਈਜ਼ ਦੇ ਰਿਹਾ। ਸਹੀ ਤੁਹਾਡਾ ਬਦਲਾ ਲੈ ਰਿਹਾ। ਬੇਵਫਾ ਤੇਰੀ ਵੱਡੀ ਭੈਣ ਬੇਵਫਾ ਏ।
ਢੋਲੀ ਕੰਜਰ ਬੇਵਫਾ ਹੈ, ਖਾ ਗਿਆ ਮੇਰਾ 5 ਲੱਖ, ਇੱਕ ਦਫਾ ਹੋਰ ਵਾਪਸੀ ਵੀ ਨਹੀਂ ਦਿੱਤਾ ਉਹਨੇ। ਮਕਾਨ ਚ ਰਹਿੰਦੀ ਹੈ ਪੁੱਤਰ, ਅਸੀਂ ਇੱਕ ਦਿਨ ਚਲੇ ਗਏ ਤੇ ਮੈਨੂੰ ਜੱਗੂ ਪੈ ਗਿਆ। ਸਹੀ, ਜੱਗੂ ਕੌਣ? ਕੁੱਤੇ ਦਾ ਨਾਂ ਜੱਗੂ ਰੱਖਿਆ। ਮੈਂ ਕਿਹਾ ਇਹਨਾਂ ਦਾ ਕੁੱਤਾ ਤੇ ਏਡਾ ਗੈਰਤਾ ਵਾਲਾ। ਮੈਂ ਜੇਬ ਚ 2 ਬੋਟੀਆਂ ਦਿੱਤੀਆਂ ਉਹਨੂੰ, ਕਹਿੰਦਾ ਜਾਓ ਜੀ। ਕੰਨ ਚ ਲੱਗ ਰਿਹਾ ਜਿਵੇਂ ਕਿਸੇ ਨੇ ਬਿਸਤਰਾ ਕੀਤਾ। ਬਕਵਾਸ ਬਣ ਕੇ ਫਰੈਗਨ ਆਵਾਜ਼ ਮੇਰਾ ਦਿਲ ਟੁੱਟਾ ਇਸ ਲਈ ਰੋ ਰਿਹਾ। ਫਿਰ ਕਿਉਂ ਰੋ ਰਿਹਾ? ਅੱਲੀ ਦਿਆ ਪੈਰ ਚੁੱਕ। ਇੱਥੇ ਵੀ ਮੈਂ ਧੱਕ ਨਹੀਂ ਪੀਤੇ, ਜਿਹੜੇ ਗੈਰਤਮੰਦ ਪਿਓ ਦੀ ਔਲਾਦ ਹੁੰਦੇ ਨੇ ਉਹ ਕਿਸੇ ਦੀ ਇੱਜ਼ਤ ਗੈਰਤ ਨੂੰ ਚੁੱਕਦੇ ਨਹੀਂ, ਘਸੀਟ ਕੇ ਲੈ ਜਾਂਦੇ ਨੇ। ਮੋਟੀ ਪਿੰਨ ਦਾ ਚਾਰਜਰ ਮੇਰੇ ਕੋਲ, ਇੱਧਰ ਆ ਨੀ ਟੈਲੀਫੋਨ ਤੇ ਗੰਦੀਆਂ ਗੱਲਾਂ ਕਰਨ ਵਾਲੀ ਹੈ। ਇੱਧਰ ਆ ਜਾ, ਨੀ ਥੱਲੇ ਆ ਨੀ ਮਿੱਟੀ ਵਾਲੀ ਟਰਾਲੀ ਹੈ। ਢੱਕਣ ਛੋਟਾ, ਪੁੱਤਰ ਪੁੱਤਰ ਸ਼ਰਾਬ ਛੱਡ ਦੇ। ਕਿਉਂ ਉਸਤਾਦ ਜੀ? ਫਰਿਸ਼ਤਾ ਸਾਡੀ ਜਾਨ ਕੱਢਣ ਲਈ ਆ ਗਿਆ। ਗਾਣਿਆਂ ਵਾਲੀਆਂ ਰੱਖ ਲਈਆਂ ਸਮਾਰਟ ਸਮਾਰਟ, ਆ ਮੈਨੂੰ ਮੇਲਿਆਂ 'ਚ ਭਾਂਡੇ ਚੁੱਕਣ ਵਾਲੀ ਦੇ ਦਿੱਤੀ ਹੈ। ਐਡਾ ਤੂੰ ਸ਼ਾਹ ਰੁਖ ਆਪਣੇ ਅੱਜ ਇਸ ਟਾਈਮ ਕੋਈ ਨਹੀਂ। ਕੀ ਗੱਲ ਹੈ ਨਾਰੀ? ਜਦੋਂ ਤੱਕ ਮੇਰੇ ਉਸਤਾਦ ਦੀ ਜਿਹੜੀ ਬੁੱਢੀ ਧੌੜੀ ਹੈ ਉਹ ਜਦੋਂ ਤੱਕ ਉਹਦਾ ਦੁਬਾਰਾ ਵਿਆਹ ਨਹੀਂ ਨਾ ਹੁੰਦਾ, ਮੈਂ ਇਸ ਘਰ ਦੇ ਵਿੱਚ ਕਿਸੇ ਨੂੰ ਨਹਾਉਣ ਧੋਣ ਨਹੀਂ ਜੇ ਦੇਣਾ। ਮੈਂ ਤੁਹਾਨੂੰ ਦੱਸਿਆ ਕੀ ਮਤਲਬ? 2000 ਰੁਪਏ ਜੀ ਆਪਣੇ ਬੰਦੇ ਨੂੰ ਰੰਗ ਹੀ ਕਰਾ ਲਾ। ਸੀੜੀਆਂ ਚੜ੍ਹਦੀ ਹੋ ਤਾਂ ਮੈਂ ਰਿਮਾਈਂਡਿੰਗ ਹੋ ਜਾਂਦੀ ਹੂੰ। ਇੰਨਾ ਮੈਂ ਤੈਨੂੰ ਪਿਆਰ ਕਰਾਂ, ਮੈਂ ਜ਼ਿੰਦਗੀ ਨਿਸਾਰ ਕਰਾਂ। 5-6 ਮਹੀਨੇ ਮੇਰੇ ਨਾਲ ਪਾ ਰਹੇ ਆ ਸਾਹਮਣੇ ਤੂੰ ਬੈਠਾ ਰਵੇ ਮੈਂ ਤੇਰਾ।
मैं तेनू प्यार भाई टैनक जानू कैसा गाना है हेलो ट्रैफिक नहीं चल रही है हां।